शराब पीण नूं सिगरट पीण नूं यह रेप तो वड्डी घटना मानते हैं फिल्मों वाले। दसो जे सर कदे लिखिया देखिया जदों रेप सीन दिखाया जाता कि दरिंदगी है एक हवानी है तो इसलिए ना किया जाए तो जिहड़ियां साडियां बच्चियां बेटियां ने धीआं भैण भैणां ने वह बेहदी असुरक्षित ने बेहदी आ महफूज ने मतलब वो एक बहुत बड़े खतरे विच ने। तुसी ना इदों बाद एक लख कलाकार की इंटरव्यू कर लियो जी, तुसी उन्हां नूं ये क्वेश्चन करियो ये प्रश्न करियो भी जिहड़ी मूवी आ फिल्म की आ तां उन्हां दा सारिया दा जिहड़ा एक लख तो एक लख दा उत्तर यह होगा दूजा नहीं होगा कि जिहड़ी मूवी आ फिल्म इंटरटेनमेंट मनोरंजन आ पर ज़्यादातर पिछे फिल्मों में रेप सीन दिखाया गया तो फिर की जिहड़ा रेप है क्योंकि कोई मनोरंजन आ। ਜਿਹੜੇ ਇਹ ਕਲਾਕਾਰ ਨੇ ਫਿਲਮਾਂ ਵਾਲੇ ਇਹ ਇੱਦਾਂ ਕਹਿ ਕੇ ਇੱਦਾਂ ਕਰਕੇ ਉਹਨਾਂ ਬੱਚਿਆਂ ਨਾਲ ਇੱਕ ਬਹੁਤ ਵੱਡਾ ਮਜ਼ਾਕ ਕਰ ਰਹੇ ਨੇ ਜਿਨ੍ਹਾਂ ਨਾਲ ਰੇਪ ਹੋਏ ਨੇ ਗੈਂਗ ਰੇਪ ਹੋਏ ਨੇ। ਕਲਾਕਾਰ ਫਿਲਮਾਂ ਵਾਲੇ ਇੱਦਾਂ ਕਰਕੇ ਇੱਦਾਂ ਕਹਿ ਕੇ ਰੇਪ ਨੂੰ ਬੜਾਵਾ ਦੇ ਰਹੇ ਨੇ ਰੈਪ ਦੀ ਐਡ ਕਰ ਰਹੇ ਨੇ। ਰੋਜ਼ ਤੁਸੀਂ ਫਿਰ ਕਿੰਨੇ ਕਿਲੋਮੀਟਰ ਚੱਲ ਪੈਂਦੇ ਹੋ? ਹਰ ਰੋਜ਼ ਦਾ ਸਰ ਮੇਰਾ ਘੱਟੋ ਘੱਟ 25 ਕਿਲੋਮੀਟਰ ਹੁੰਦਾ ਜੀ, 25-30 ਪਿਆ ਹੋ ਜਾਵੇ ਪਰ ਮੈਂ 25 ਤਾਂ ਜਾਣੇ ਜਾਣਾ ਸਰ। ਪਹਿਲਾਂ ਮੈਂ 6 ਜਿਹਨੇ ਮੈਂ ਕੱਢ ਚੁੱਕਿਆ ਹੁਣ ਤੱਕ ਜੀ, ਅਤੇ ਇਸ ਤੋਂ ਬਾਅਦ ਮੈਂ ਜਿਹੜੇ 11 ਦਿਨ ਸ਼ਹੀਦੀ ਜੋੜ ਮੇਲੇ 'ਚ ਲਾਇਆ ਸ਼੍ਰੀ ਫਤਿਹਗੜ੍ਹ ਸਾਹਿਬ ਜੀ, ਅਤੇ ਇਸ ਤੋਂ ਬਾਅਦ ਮੈਂ ਦੂਜੇ ਜਿਹੜੇ ਜ਼ਿਲ੍ਹੇ 'ਚ ਨਿਕਲੂੰਗਾ ਜੀ। ਅਤੇ ਕਈ ਵਾਰ ਮੈਨੂੰ ਨਾ ਕਈ ਜਿਹੜੇ ਮੁੰਡੇ ਕੋਲ ਨੂੰ ਲੰਘਦੇ ਆ ਚੂਹੇ ਵਾਲਾ ਕਹਿਣ ਲੱਗ ਜਾਂਦਾ ਮੈਨੂੰ, ਕਿਉਂਕਿ ਜਿਹੜੇ ਚੂਹੇ ਵੇਚਦੇ ਨੇ ਉਹ ਇੱਦਾਂ ਹੀ ਉਹਨਾਂ ਦਾ ਲਮਕਾਇਆ ਹੁੰਦਾ, ਮੈਨੂੰ ਕੋਲ ਨੂੰ ਚੂਹੇ ਵੇਚਣ ਵਾਲਾ ਕਹਿੰਦੇ ਨੇ ਜੀ, ਫਿਰ ਮੈਨੂੰ ਕੂਕਾ ਮਾਰ ਕੇ ਕੋਲ ਨੂੰ ਲੰਘਦੇ ਨੇ। ਸਰ ਇਹ ਸਾਰੇ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੀਆਂ ਬੱਚੀਆਂ ਬੇਟੀਆਂ ਧੀਆਂ ਭੈਣ ਨਾਲ ਕੋਈ ਪਿਆਰ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋ ਰਹਿਮਤ ਟੀਵੀ ਦੇ ਨਾਲ, ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ। ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਘਰੋਂ ਬਾਹਰ ਨਿਕਲਦੇ ਹਾਂ, ਕਈ ਵਾਰ ਕੁਝ ਐਸੀਆਂ ਰੂਹਾਂ ਮਿਲ ਜਾਂਦੀਆਂ ਨੇ ਜੋ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਚੰਗੀ ਸੇਧ, ਇੱਕ ਚੰਗਾ ਮੈਸੇਜ, ਇੱਕ ਚੰਗੀ ਰਾਹ ਦੱਸਦੇ ਨੇ। ਅੱਜ ਰਾਸਤੇ ਦੇ ਵਿੱਚ ਇਹ ਜਾ ਰਹੇ ਸੀ, ਨਿਗਾਹ ਪੈ ਗਈ ਇੱਕ ਐਸੇ ਇਨਸਾਨ ਦੇ ਉੱਤੇ ਕਿ ਪਹਿਲਾਂ ਤਾਂ ਲੱਗਿਆ ਕਿ ਲੈ ਵੀ ਇਹ ਤਾਂ ਆਮ ਲੋਕਾਂ ਵਾਂਗ ਜਿਵੇਂ ਆਪਾਂ ਗੱਡੀ 'ਚ ਬੈਠੇ ਹੋਏ ਸ਼ੀਸ਼ੇ 'ਚੋਂ ਬਾਹਰ ਦੇਖਦੇ ਹਾਂ ਤਾਂ ਦੇਖਦੇ ਦੇਖਦੇ ਲੰਘੀ ਜਾਂਦੇ ਹਾਂ ਕਿ ਬੰਦੇ ਆਈ ਜਾਂਦੇ ਨੇ ਜਾਈ ਜਾਂਦੇ ਨੇ, ਪਰ ਕੁਝ ਐਸੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਜਾ ਕੇ ਨਜ਼ਰ ਖੜ ਜਾਂਦੀ ਆ। ਸ਼ਾਇਦ ਕਿ ਉਹੀ ਰੂਹ ਸਾਨੂੰ ਜਿਹੜੀ ਨਜ਼ਰ ਆ ਉਸ ਦੇ ਉੱਤੇ ਖੜ ਗਈ। ਮੈਂ ਇੱਕ ਵਾਰ ਤੁਹਾਨੂੰ ਦਿਖਾਉਣਾ ਕਾਕਾ ਬਾਈ ਨਾਮ ਲਿਖਿਆ, ਜਿਵੇਂ ਕਾਕਾ ਸੁਹਾਵੀ ਨਾਮ FB ਦੇ ਉੱਤੇ ਲਿਖਿਆ ਹੋਇਆ, ਫਿਲਮੀ ਰੇਪ ਸੀਨਾਂ ਉੱਤੇ ਪੂਰਨ ਪਾਬੰਦੀ ਲਗਾਈ ਜਾਵੇ। ਰੇਪ ਦੇ ਉੱਤੇ ਜਿਹੜਾ ਇੱਕ ਐਸਾ ਦਰਿੰਦਗੀ ਭਰਾ ਅਪਰਾਧ ਹੈ ਜਿਹਦੇ ਵਿੱਚ ਸ਼ਾਇਦ ਅੱਜ ਦੇ ਸਮੇਂ ਦੇ ਵਿੱਚ ਭਾਰਤ ਸਰਕਾਰ ਨੇ ਕੋਈ ਐਸਾ ਕਾਨੂੰਨ ਨਹੀਂ ਬਣਾਇਆ ਕਿ ਰੇਪ ਕਰਨ ਵਾਲੇ ਦੇ ਉੱਤੇ ਕੋਈ ਤਕੜੀ ਕਾਰਵਾਈ ਕੀਤੀ ਜਾਵੇ, ਕਿ ਕੋਈ ਜੇ ਕਰਨ ਦੀ ਸੋਚੇ ਵੀ ਉਦੋਂ ਹੀ ਉਹਦੇ ਪੈਰ ਕੰਬਣ ਲੱਗ ਜਾਣ। ਪਰ ਬਾਈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੱਗਿਆ ਹੋਇਆ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ। ਜਾਣਾਂਗੇ, ਪੁੱਛਾਂਗੇ ਕਿ ਭਾਈ ਕੀ ਲੋੜ ਪੈ ਗਈ, ਕਿਉਂ ਕਰ ਰਹੇ ਨੇ। ਬਾਈ ਜੀ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਕੀ ਆ ਤੁਹਾਡਾ, ਪੂਰਾ ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਨਾਂ ਕਰਮਜੀਤ ਸਿੰਘ ਆ ਜੀ, ਕਾਕਾ ਸੁਹਾਵੀ। ਕਿਹੜੀ ਜਗ੍ਹਾ ਤੋਂ ਹੋ ਬਾਈ ਜੀ ਤੁਸੀਂ? ਮੇਰਾ ਸਰ ਵਿਲੇਜ ਸੁਹਾਵੀ ਆ ਜੀ, ਡਿਸਟ੍ਰਿਕਟ ਮੇਰੇ ਇਹੀ ਆ ਸ਼੍ਰੀ ਫਤਿਹਗੜ੍ਹ ਸਾਹਿਬ ਜੀ। ਬਾਈ ਹੁਣ ਅਸੀਂ ਤਾਂ ਲੰਘ ਰਹੇ ਸੀ, ਨਿਗਾਹ ਪੈ ਗਈ, ਇਹ ਕੀ ਲੋੜ ਆਉਣ ਪਈ ਕਿ ਭਾਈ ਆਹ ਰਾਸਤੇ 'ਤੇ ਚੱਲਣਾ ਪੈ ਗਿਆ? ਸਰ ਜੇ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਸਾਡੀਆਂ ਬੱਚੀਆਂ ਬੇਟੀਆਂ ਨੇ ਧੀਆਂ ਭੈਣਾਂ ਨੇ ਉਹ ਬੇਹਾਦੀ ਅਸੁਰੱਖਿਅਤ ਨੇ, ਬੇਹਾਦੀ ਆ ਮਹਿਫੂਜ਼ ਨੇ, ਮਤਲਬ ਉਹ ਇੱਕ ਬਹੁਤ ਵੱਡੇ ਖਤਰੇ ਵਿੱਚ ਨੇ। ਜਿਹੜਾ ਸਾਡਾ ਅੱਜ ਦਾ ਸਿਸਟਮ ਆ, ਸਾਡਾ ਜਿਹੜਾ ਸਿਸਟਮ ਆ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਜੀ ਵੀ ਸਾਡੇ ਦੇਸ਼ ਦਾ ਸਿਸਟਮ ਬੇਹੱਦ ਕਮਜ਼ੋਰ ਆ, ਪਰ ਇਸ ਦੇ ਨਾਲ ਦੀ ਨਾਲ ਜਿਹੜਾ ਸਾਡਾ ਸਿਸਟਮ ਇਹ ਚਾਹੁੰਦਾ ਨਹੀਂ ਹੋਏਗਾ ਕਿ ਜਿਹੜੀਆਂ ਸਾਡੀਆਂ ਬੱਚੀਆਂ ਬੇਟੀਆਂ ਨੇ ਉਹ ਸੁਰੱਖਿਅਤ ਹੋਣ, ਮਹਿਫੂਜ਼ ਹੋਣ। ਹਾਂਜੀ, ਹੁਣ ਜੇ ਮੈਂ ਗੱਲ ਕਰਾਂ ਬਾਈ, ਜਦੋਂ ਆਪਾਂ ਕੋਈ ਰਾਹ ਨੂੰ ਪਕੜਦੇ ਹਾਂ ਨਾ, ਕਈ ਵਾਰ ਆਪਣੇ ਨਾਲੇ ਕੋਈ ਐਸੀ ਘਟਨਾ ਵਾਪਰ ਜਾਂਦੀ ਹੁੰਦੀ ਆ ਜਾਂ ਕੋਈ ਐਸਾ ਠੋਕਰ ਲੱਗ ਜਾਂਦੀ ਆ ਜਿਸ ਨਾਲ ਆਪਾਂ ਇਸ ਚੀਜ਼ ਨੂੰ, ਹੁਣ ਜਿਵੇਂ ਸਭ ਤੋਂ ਅਲੱਗ ਰਾਹ ਹੈ, ਤੁਸੀਂ ਇੱਕ ਸੇਧ ਦਿੰਦੇ ਹੋ ਕਿ ਭਾਈ ਫਿਲਮੀ, ਪਹਿਲਾਂ ਤਾਂ ਮੈਨੂੰ ਇਹ ਗੱਲ ਨਹੀਂ ਸਮਝ ਲੱਗ ਰਹੀ ਕਿ ਫਿਲਮੀ ਰੇਪ ਸੀਨਾਂ ਉੱਤੇ ਪੂਰਨ ਤੌਰ 'ਤੇ ਪਾਬੰਦੀ ਕਿਉਂ ਲਗਾਈ ਜਾਵੇ? ਮੇਰਾ ਸਵਾਲ ਇਹ ਹੋਊਗਾ, ਤੁਸੀਂ ਲੱਗ ਕਿਹਾ ਨਾ ਲਗਾਈ ਜਾਵੇ, ਮੈਂ ਕਿਉਂ ਲਗਾਈ ਜਾਵੇ? ਅੱਛਾ, ਮੈਂ ਤੁਹਾਨੂੰ ਦੱਸਦਾ ਸਰ ਕਿਉਂ ਲਗਾਈ ਜਾਵੇ। ਸਰ ਤੁਸੀਂ ਨਾ ਇਦੋਂ ਬਾਅਦ ਇੱਕ ਲੱਖ ਕਲਾਕਾਰ ਦੀ ਇੰਟਰਵਿਊ ਕਰ ਲਿਓ ਜੀ, ਇੱਕ ਲੱਖ, ਹਜ਼ਾਰ ਲਾ ਲਓ ਜਾਂ ਲੱਖ ਲਾ ਲਓ,
ਤੁਸੀਂ ਉਹਨਾਂ ਨੂੰ ਇਹ ਕੁਐਸਚਨ ਕਰਿਓ, ਇਹ ਪ੍ਰਸ਼ਨ ਕਰਿਓ ਵੀ ਜਿਹੜੀ ਮੂਵੀ ਆ ਫਿਲਮ ਕੀ ਆ, ਤਾਂ ਉਹਨਾਂ ਦਾ ਸਾਰਿਆਂ ਦਾ ਜਿਹੜਾ 1 ਲੱਖ ਤੋਂ 1 ਲੱਖ ਦਾ ਉੱਤਰ ਇਹ ਹੋਊਗਾ, ਦੂਜਾ ਨਹੀਂ ਹੋਊਗਾ ਕਿ ਜਿਹੜੀ ਮੂਵੀ ਆ ਫਿਲਮ ਇੰਟਰਟੇਨਮੈਂਟ ਆ, ਮਨੋਰੰਜਨ ਆ। ਪਰ ਜ਼ਿਆਦਾਤਰ ਪਿੱਛੇ ਫਿਲਮਾਂ ਵਿੱਚ ਰੇਪ ਸੀਨ ਦਿਖਾਇਆ ਗਿਆ, ਅਤੇ ਫਿਰ ਕੀ ਜਿਹੜਾ ਰੇਪ ਆ ਕਿਉਂਕਿ ਕੋਈ ਮਨੋਰੰਜਨ ਆ ਨਹੀਂ ਸਰ, ਇਹ ਕੋਈ ਮਨੋਰੰਜਨ ਨਹੀਂ ਹੈਗਾ। ਜਿਹੜਾ ਰੇਪ ਆ, ਰੇਪ ਇੱਕ ਦਰਿੰਦਗੀ ਆ, ਹੈਵਾਨੀਅਤ ਆ, ਇੱਕ ਦਰਦ ਆ, ਇੱਕ ਚੀਖ ਆ। ਪਰ ਮਤਲਬ ਕਲਾਕਾਰ ਜਿਹੜੇ ਉਸ ਚੀਜ਼ ਨੂੰ ਮਨੋਰੰਜਨ ਦੱਸਦੇ ਨੇ ਜਿਹਦੇ ਵਿੱਚ ਦਰਿੰਦਗੀ ਕੀਤੀ ਜਾਂਦੀ ਆ, ਹੈਵਾਨੀਅਤ ਕੀਤੀ ਜਾਂਦੀ ਆ। ਜਿਹੜੇ ਇਹ ਕਲਾਕਾਰ ਨੇ ਫਿਲਮਾਂ ਵਾਲੇ, ਇਹ ਇੱਦਾਂ ਕਹਿ ਕੇ ਇੱਦਾਂ ਕਰਕੇ ਉਹਨਾਂ ਬੱਚਿਆਂ ਨਾਲ ਇੱਕ ਬਹੁਤ ਵੱਡਾ ਮਜ਼ਾਕ ਕਰ ਰਹੇ ਨੇ, ਜਿਨ੍ਹਾਂ ਨਾਲ ਰੇਪ ਹੋਏ ਨੇ, ਗੈਂਗ ਰੇਪ ਹੋਏ ਨੇ। ਇਹ ਫਿਲਮਾਂ ਵਾਲੇ ਇੱਦਾਂ ਕਰਕੇ ਇੱਦਾਂ ਕਹਿ ਕੇ ਉਹਨਾਂ ਦੀ ਪਿੱਠ ਥੱਪੜ ਰਹੇ ਨੇ ਜਿਨ੍ਹਾਂ ਨੇ ਕਿ ਬਲਾਤਕਾਰ ਕੀਤੇ, ਰੇਪ ਕੀਤੇ, ਮਤਲਬ ਬਲਾਤਕਾਰੀ। ਕਲਾਕਾਰ ਫਿਲਮਾਂ ਵਾਲੇ ਇੱਦਾਂ ਕਰਕੇ ਇੱਦਾਂ ਕਹਿ ਕੇ ਰੇਪ ਨੂੰ ਬੜਾਵਾ ਦੇ ਰਹੇ ਨੇ, ਰੇਪ ਦੀ ਐਡ ਕਰ ਰਹੇ ਨੇ ਜੀ। ਹੁਣ ਬਾਈ ਜੀ ਦੇਖੋ, ਇੱਕ ਨਾ ਆਪਾਂ ਸੁਣਦੇ ਨਹੀਂ ਹੁੰਦੇ ਕਿ ਭਾਈ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਹੁਣ ਜੀ ਤੁਸੀਂ ਫਿਲਮਾਂ ਦੀ ਗੱਲ ਕਰਦੇ ਹੋ, ਕੁਝ ਫਿਲਮਾਂ ਵਧੀਆ ਵੀ ਆਉਂਦੀਆਂ ਨੇ ਕਿ ਜੋ ਚੰਗਾ ਮੈਸੇਜ ਦੇ ਜਾਂਦੀਆਂ ਨੇ, ਫਿਰ ਤੁਸੀਂ ਉਹਨਾਂ ਦਾ ਵੀ ਕਹਿੰਦੇ ਹੋ ਕਿ ਉਹਨਾਂ ਦਾ ਵੀ ਗਾਹਾਂ ਬਾਈਕਾਟ ਕਰੋ? ਨਹੀਂ ਨਹੀਂ ਸਰ, ਮੈਂ ਤੁਹਾਨੂੰ ਦੱਸਦਾ ਮੈਂ ਕੀ ਕਹਿਣਾ ਚਾਹੁੰਦਾ। ਇਹ ਤੁਹਾਡਾ ਸਰ ਕੁਐਸਚਨ ਵਿੱਚ ਆ, ਉਹਦੇ ਨਾਲ ਮੈਂ ਗੱਲਾਂ ਹੋਰ ਜੋੜਨੀ ਰਹਿੰਦੀ, ਵਧੀਆ ਵਧੀਆ ਰਹੂੰਗੇ। ਜਿਹੜੇ ਮੈਂ ਅੱਜ ਪ੍ਰੂਫ ਕਰੂੰਗਾ ਵੀ ਜਿਹੜੇ ਫਿਲਮਾਂ ਵਾਲੇ ਨੇ, ਫਿਲਮਾਂ ਬਣਾਉਂਦੇ ਨੇ, ਇਹ ਰੇਪ ਨੂੰ ਕੋਈ ਵੱਡੀ ਘਟਨਾ ਮੰਨਦੇ ਨਹੀਂ ਹੈਗੇ, ਬਹੁਤ ਮਾਮੂਲੀ ਘਟਨਾ ਮੰਨਦੇ ਨੇ। ਦਮਾ ਸਰ ਇੱਕ ਬਹੁਤ ਵੱਡਾ ਪ੍ਰੂਫ ਇੱਕ ਲਾ ਸੁਣੋ, ਕਦੇ ਵੀ ਸਰ ਫਿਲਮ ਦੇਖ ਲਿਓ, ਫਿਲਮ ਵਿੱਚ ਜਦ ਦਾਰੂ ਪੀਣ ਦਾ ਸੀਨ ਆਊਗਾ ਤਾਂ ਗਲਾਸ ਮੂੰਹ ਨੂੰ ਲਾਉਂਦੀ, ਸਰ ਇਹ ਲਿਖਿਆ ਹੋਊਗਾ ਥੱਲੇ ਸਕਰੀਨ ਦੇ ਵੀ ਸਿਹਤ ਲਈ ਸ਼ਰਾਬ ਹਾਨੀਕਾਰਕ ਆ। ਸਿਗਰਟ ਪੀਊਂਗੇ ਉਦੋਂ ਵੀ ਇਹ ਲੱਗਿਆ ਹੋਊਗਾ ਸਿਗਰਟ ਪੀਣੀ। ਪਰ ਸਰ ਕਦੇ ਜਦੋਂ ਰੇਪ ਸੀਨ ਦਿਖਾਇਆ ਜਾਂਦਾ, ਕਦੇ ਦੇਖਿਆ ਲਿਖਿਆ ਹੋਇਆ ਵੀ ਇਹ ਇੱਕ ਦਰਿੰਦਗੀ ਆ, ਹਵਾਨੀਅਤ ਆ, ਇਸ ਨੂੰ ਅੰਜਾਮ ਨਾ ਦਿੱਤਾ ਜਾਵੇ? ਮਤਲਬ ਸ਼ਰਾਬ ਪੀਣ ਨੂੰ, ਸਿਗਰਟ ਪੀਣ ਨੂੰ ਇਹ ਰੇਪ ਤੋਂ ਵੱਡੀ ਘਟਨਾ ਮੰਨਦੇ ਨੇ ਫਿਲਮਾਂ ਵਾਲੇ। ਦੱਸੋ ਜੇ ਸਰ ਕਦੇ ਲਿਖਿਆ ਦੇਖਿਆ ਜਦੋਂ ਰੇਪ ਸੀਨ ਦਿਖਾਇਆ ਜਾਂਦਾ ਕਿ ਇਹ ਦਰਿੰਦਗੀ ਆ, ਇੱਕ ਹਵਾਨੀਅਤ ਆ, ਇਸ ਲਈ ਨਾ ਕੀਤਾ ਜਾਵੇ? ਬਾਈ ਜੀ ਜੇ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਦੱਸਿਆ ਹੁਣ ਤੁਰਦੇ ਹੋ ਰੋਡ ਦੇ ਉੱਤੇ, ਕਿੰਨੇ ਲੋਕ ਲੰਘ ਜਾਂਦੇ ਨੇ, ਚਲੋ ਅਸੀਂ ਤਾਂ ਰੁਕ ਕੇ, ਸਾਨੂੰ ਤਾਂ ਲਾਲਚ ਸੀ ਕਿ ਭਾਈ ਅਸੀਂ ਵੀਡੀਓ ਕਰਨੀ ਆ ਜਾਂ ਗੱਲਬਾਤ ਕਰ ਲਈਏ। ਹੁਣ ਹੋਰ ਵੀ ਲੋਕ ਨੇ ਜਿਵੇਂ ਕੁਝ ਖੜ੍ਹੇ ਦੇਖ ਵੀ ਰਹੇ ਨੇ ਆਪਾਂ ਨੂੰ, ਕਦੇ ਆ ਕੇ ਕਹਿੰਦੇ ਨੇ ਕਿ ਪੁੱਛਦੇ ਨਹੀਂ, ਸਵਾਲ ਜਾਂ ਨਹੀਂ ਕਰਦੇ ਕਿ ਕਿੱਧਰ ਨੂੰ ਜਾ ਰਹੇ ਹੋ ਭਾਈ, ਕੀ ਗੱਲ ਆ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਰ ਮੇਰਾ ਬਹੁਤ ਲੰਬਾ ਸਫ਼ਰ ਹੁੰਦਾ, ਅਗਰ ਮੈਂ ਲੰਬੇ ਸਫ਼ਰ ਦੀ ਗੱਲ, ਮੇਰੇ ਕੋਲੋਂ ਹਜ਼ਾਰਾਂ ਲੋਕ ਨਿਕਲਦੇ ਨੇ ਪਰ ਰੁਕਦੇ ਸਿਰਫ 15-20 ਜਾਣੇ ਨੇ। ਉਹ 15-20 ਜਾਣੇ ਪਤਾ ਸਰ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਆਪਣੀਆਂ ਬੱਚੀਆਂ ਬੇਟੀਆਂ ਨਾਲ ਪਿਆਰ ਆ, ਜਿਨ੍ਹਾਂ ਨੂੰ ਆਪਣੀਆਂ ਬੱਚੀਆਂ ਬੇਟੀਆਂ ਨਾਲ ਪਿਆਰ ਆ, ਅਤੇ ਜਿਹੜੇ ਇਹ ਚਾਹੁੰਦੇ ਨੇ ਕਿ ਜਿਹੜੀ ਸਾਡੀ ਬੱਚੀ ਨਾਲ ਭਵਿੱਖ ਵਿੱਚ ਕੋਈ ਵੀ ਮਦਭਾਗੀ ਘਟਨਾ ਨਾ ਵਾਪਰੇ। ਅਤੇ ਜਿਹੜੇ ਇਹ ਲੋਕ ਫਿਰਦੇ ਨੇ, ਜਿਹੜੇ ਮੇਰੇ ਕੋਲ ਨੂੰ ਲੰਘ ਜਾਂਦੇ ਨੇ, ਇਹ ਲੋਕ ਉਹ ਆ ਜਿਹੜੇ ਇਹ ਚਾਹੁੰਦੇ ਨੇ ਕਿ ਸਾਡੀਆਂ ਬੱਚੀਆਂ ਬੇਟੀਆਂ ਨਾਲ ਘਟਨਾ ਵਾਪਰੇ। ਮੈਂ ਅੱਜ ਬਹੁਤ ਵੱਡੀ ਗੱਲ ਕਹਿ ਰਿਹਾ ਜੀ, ਕਿਉਂਕਿ ਨਾ ਬੋਲਣਾ ਇੱਕ ਸਮਰਥਨ ਆ ਜੀ ਰੇਪ ਨੂੰ, ਬਲਾਤਕਾਰੀਆਂ ਨੂੰ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਮੇਰੇ ਇੱਕ ਮੇਰੀ ਵਾਈਫ ਆ ਜੀ, 2 ਮੇਰੇ ਬੇਟੇ ਨੇ ਜੀ, ਅਤੇ 1 ਮੇਰਾ ਬ੍ਰਦਰ ਆ ਜੀ, ਮੰਮੀ ਡੈਡੀ ਆ, ਭਾਬੀ ਆ ਜੀ, ਅਤੇ ਉਹਦੇ 2 ਬੱਚੇ ਨੇ ਜੀ। 2 ਬੱਚੇ? ਹਾਂਜੀ। ਫਿਰ ਹੁਣ ਜੇ ਆਪਾਂ ਗੱਲ ਕਰੀਏ ਵੀਰੇ, ਅੱਜ ਦੇ ਸਮੇਂ ਦੇ ਵਿੱਚ ਜਿਵੇਂ ਮਹਿੰਗਾਈ ਦੀ ਉਹ ਗੱਲ ਕਰ ਲੈਂਦੇ ਹਾਂ ਆਪਾਂ, ਐਂ ਕਰ ਲਈਏ ਕਿ ਅੱਜ ਦੀ ਚੀਜ਼ ਕੋਈ ਵੀ ਚੀਜ਼ ਖਰੀਦਣੀ ਹੋਵੇ ਤਾਂ ਪੈਸੇ ਦੀ ਜ਼ਰੂਰਤ ਪੈਂਦੀ ਹੈ, ਤਾਂ ਪੈਸਾ ਫਿਰ ਕਮਾਉਣਾ ਪੈਂਦਾ। ਹੁਣ ਤੁਸੀਂ ਇਸ ਚੀਜ਼ ਨੂੰ ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ ਫੋਲੋ ਕਰ ਰਹੇ ਹੋ? ਹੁਣ ਜਿਵੇਂ ਕਹਿ ਦਿਓ ਕਿ ਇੱਕ ਜਨੂਨ ਹੈ, ਇੱਕ ਮੈਂ ਮੈਸੇਜ ਦੇਣਾ ਲੋਕਾਂ ਨੂੰ, ਸੇਧ ਦੇਣੀ ਆ, ਫਿਰ ਪੈਸੇ ਵੀ ਹੋਣੇ ਚਾਹੀਦੇ ਨੇ ਕਿਉਂਕਿ ਪਰਿਵਾਰ ਵੀ ਪਾਲਣਾ, ਤੁਸੀਂ ਵਿਆਹੇ ਹੋਏ ਹੋ, ਬੱਚੇ ਵੀ ਨੇ ਤੁਹਾਡੇ, ਕੱਲ੍ਹ ਨੂੰ ਕੋਈ ਚੀਜ਼ ਮੰਗ ਲੈਂਦੇ ਨੇ, ਫਿਰ ਪਰਿਵਾਰ ਦਾ ਖਰਚਾ ਕਿਵੇਂ ਚੱਲ ਰਿਹਾ? ਹਾਂਜੀ, ਇਹ ਜਦ ਜੋ ਮੇਰਾ ਇਹ ਫੈਸਲਾ ਹੈ ਕਿ ਅਚਾਨਕ ਨਹੀਂ ਲਿਆ ਹੋਇਆ, ਇਹ ਮੇਰੀ ਕਾਫੀ ਲੰਬੀ ਪਲੈਨਿੰਗ ਆ। ਜਿਹੜੀ ਤੁਸੀਂ ਖਰਚੇ ਦੀ ਗੱਲ ਕਰ ਰਹੇ ਹੋ, ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਅੱਜ ਦੀ ਨੀਡ ਆ। ਜਿਹੜਾ ਮੈਂ 3 ਮਹੀਨੇ ਦਾ ਸਮਾਂ ਮੰਗਿਆ ਘਰਦਿਆਂ ਤੋਂ, ਅਤੇ ਉਹ ਜਿਹੜਾ 3 ਮਹੀਨੇ ਦਾ ਉਹ ਖਰਚਾ ਉਹ ਮੈਂ ਘਰ ਰੱਖ ਕੇ ਆਇਆ ਜੀ, ਵਾਈਫ ਨੂੰ ਆਪਣੇ ਨੂੰ ਦੇ ਕੇ ਉਹ ਮੇਰਾ ਮੈਨੇਜ ਕਰਿਆ ਹੋਇਆ। ਹਾਂ, ਜੇ ਉਹ ਮੇਰੇ ਕੋਲ ਨਾ ਵੀ ਹੁੰਦਾ ਤਾਂ ਮੇਰਾ ਡੈਡੀ ਸੂਬੇਦਾਰ ਆ ਜੀ, ਆਰਮੀ 'ਚ ਰਿਟਾਇਰ ਨੇ, ਅਤੇ ਉਹ ਵੀ ਫੁੱਲ ਸਪੋਰਟ ਕਰਦੇ ਨੇ ਕਿਉਂਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਮਕਸਦ ਇਹ ਹੈਗਾ ਵੀ ਬੱਚਿਆਂ ਬੇਟਿਆਂ ਨੂੰ ਸੇਵ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਵੀ 2 ਪੋਤੀਆਂ ਨੇ ਜੀ, ਅਤੇ ਉਹਨਾਂ ਨੂੰ ਸਾਡੇ ਦੇਸ਼ ਦੇ ਜਿਹੜੇ ਹਾਲਾਤ ਆ ਗੰਦੇ ਬਹੁਤ ਚੰਗੀ ਤਰ੍ਹਾਂ ਪਤਾ ਜੀ। ਹਾਂਜੀ ਹਾਂਜੀ ਵੀਰੇ, ਹੁਣ ਕਈ ਵਾਰ ਕੀ ਹੁੰਦਾ ਨਾ ਕਿ ਸਮਾਜ ਦੇ ਕਹਿੰਦੇ ਹਰ ਪਾਸੇ ਦੰਦੇ ਹੁੰਦੇ ਨੇ, ਕਈ ਵਾਰ ਕੋਈ ਚੰਗਾ ਬੋਲਦਾ, ਕਈ ਵਾਰ ਕੋਈ ਮੰਦਾ ਵੀ ਬੋਲਦਾ, ਕੋਈ ਮੰਦਾ ਬੋਲਣ ਵਾਲਾ ਤਾਂ ਨਹੀਂ ਟੱਕਰਿਆ ਕਦੇ? ਹਾਂਜੀ, ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਇੱਕ ਨਾ ਪੰਜਾਬ ਪੁਲਿਸ ਦੇ ਵੀਰ ਸੀ ਜੀ, ਉਹ ਮੈਨੂੰ ਕਾਫੀ ਗਲਤ ਬੋਲੇ ਸੀ ਜੀ, ਅਤੇ ਉਹਨੇ ਮੈਨੂੰ ਕਾਫੀ ਜਾਣੀ ਕਿ
मन मेरा ठेस पहुँचाई मन पर मानसिकता यही आ किता जा सकता पर हाँ जी मैं करूँगा किसी टाइम मैं इन्नी जज्बा रखता जी भी उस बंदे दी जिहड़ी मानसिकता जरूर बदलूगी बदलने वाला चाहिए जी दिल नूं लाउण वाला चाहिए जी जरूर बदलूगी। तो कई बार मैनू ना कई जिहड़े मुंडे कोल नूं लंघदे आ चूहे वाला कहण लग जांदा मैनू क्योंकि जिहड़े चूहे बेचदे ने उह इदां ही उहदे लमकाया हुंदा मैनू कोल नूं चूहे बेचण वाला कहिंदे ने जी फिर मैनू कूका मार के कोल नूं लंघदे ने सर। ये सारे जिहड़े उह लोक ने जिन्हां नूं अपनियां बच्चियां बेटियां धीआं भैणां नाल कोई प्यार नहीं हैगा तो जिन्हां नूं सर अपनियां बच्चियां बेटियां नाल प्यार आ डरदा वो सर जरूर मेरे को खड़ते हैं वो मेरा चंगा मान सम्मान भी करते हैं जी। थैंक चलो प्यार तो देखो हर 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 जो माँ बाप करता हों अपने बच्चे किसी ना किसी तरीके तो करता ही हों फिर जिमें बार बार ये गल कह रहे हो कि भाई प्यार नहीं है प्यार नहीं है फिर थोनू की लगता कि भाई उन्होंने फिर की करना चाहिए कि प्यार दिखा फिर सर मैं नहीं ये गल मानता भी वह प्यार करते हैं सर। हम मैं थोड़ा उदाहरण दिना मेरा सामने बच्चा है मूहरे सप सप बैठा जे मैं अपने बच्चे नूं प्यार कर दूंगा तो मैं सप भगा के मारूंगा पर जां अपने बच्चे नूं चक लूँगा पर मैनू मैं देख के चुप हाँ सप भी है मेरा मेरा बच्चा भी बैठा यदा मतलब की है सर यदा मतलब मैं चाहना भी मेरे बच्चे नूं डंगे जे सर जिहड़े ये लोग ने जे अगर अपने बच्चे बेटे नूं प्यार करते हैं तो बच्चे बेटिया फिक्र है इन्हों सुरक्षा का तो फिर सर बोलते क्यों नहीं फिर कोई रीजन क्यों कि रीजन आ ना बोलन का एको एक रीजन आ जी इन भी इन्हों बच्चिया बेटिया प्यार नहीं है जी बस इन बच्चिया हो गई है जी लड़की हो गई है इन्हों इन्हों कोई प्यार नहीं है जी। अगर किसी नूं जे मेरी गल झूठी आ तो कोई भी मेरे नाल बहस करके सिद्ध कर सकता भी मैं अपनी बच्ची नाल प्यार करना हाँ चक्कर फिर कमेंट करनगे लोग कहणगे कि भाई ये किदां बोली जांदा नहीं सर तुसीं आ एक सोचो जी भी मान ला मैं अपनी बच्ची नूं हुण प्यार करदा जी अपनी बच्ची मैं सिर्फ उदाहरण वास्ते कह रहे हैं जिहड़ियां सारिया बच्चिया ने सारिया लड़कियां ने मेरी यही भैणां ने ना कि मैं अपनी कल्ली बच्ची लई नहीं निकलिया गा मैं सारे लई निकलिया अज करो मैनू अगर मैनू अपनी बच्ची बेटी नाल प्यार ना हुंदा तां मैं सर कित्थे निकलना सी अगर मैनू इहना धीआं भैणां नाल प्यार ना हुंदा तां मैं कित्थे निकलना सी जे मैनू प्यार आ जे मैनू इह आ भी इहनां नाल कोई मदभागी घटना ना वापरे मैं सर तां ही निकलिया हुण जिहड़े निकल नहीं रहे जिहड़े बोल नहीं रहे उहदा मतलब सर है नहीं फिर काके वीरे एक गल होर भी आ जांदी आ उरे आपां एक दो तीन बैनर देख रहे हैं उहदे उत्ते ए वी फिल्मां फिल्मां ते एक फिल्मी ठीक है जी तीन चीज़ां देख रहे हैं कि लगता नहीं कि किते ना किते कानून भी होना चाहिए कानून कोई ऐसा पक्का वधिया कानून या ऐसी कठोर नीति होनी चाहिए है कि रेप होने तो पहला बंदा सोचे भी तां वी पैर कंबण लग जाना सर। जिहड़ा साडा ना भारत आ इत्थे जिहड़ा कानून आ सिस्टम आ बेहद ही कंडम आ कमज़ोर आ बिल्कुल भी किसी के मन में कानून का सिस्टम का कोई डर नहीं है खौफ नहीं है क्योंकि डर होना बेहद जरूरी आ जो सऊदी अरब में मैं थोड़ा डर की घटना दस दिना डर एक बहुत बड़ी चीज़ होंगी आ मैं थोड़ा एक उदाहरण दे दिना जी एक बार जो किसी आदमी का चलान कट्टिया जाता तो दूजी बार अगर अगे पुलिस वाले खड़े ने जो उ लंघता नहीं है ज हैलमेट ले लैंदा जो सर एक 200-100 का चलान एक हैलमेट देने मजबूर कर सकता तुसीं यह सोचो अगर रेप ते फांसी दित्ती जाए तो मन च किड्डा वड्डा डर पै पऊगा दूजे दे डर एक बहुत वड्डी चीज़ होंदी है सर। हाँ जी तुहाडा कहने का मतलब कि कानून का हले डर नहीं है। हाँ जी थोड़े दिन पहले एक घटना वापरी जी सऊदी अरब भी किहा जिहा कानून आना चाहिए सऊदी अरब के जिहड़े सिस्टम आ लड़की नाल रेप किया उन्होंने रेप करते उन्होंने वीडियो बनाई सी तो वीडियो सर कहते हथ लग गई तो उन्होंने चौथे दिन दो जे सी बी ला के ना पब्लिक चौंक में फाहे टंगते सर उन्होंने कहते हैं सिस्टम उन्होंने कहते हैं बच्चे बेटे की सुरक्षा बच्चे बेटिया का भला सोचना तो साडे मैं तुहानू उदाहरण दे दिना जी भी साडा सिस्टम कहा जा एक दरबारा सिंह हुंदा सी कोई फौजी जी उन्हें 20 बच्चों नाल पहला रेप किया जी फिर पिछों उन्हां मर्डर किया जिन्हां विच 17 लड़कियां सी ते कोर्ट ने दरबारा सिंह नूं 30 साल की सज़ा सुनाई पर 10 साल बाद ये कह के छड़ता कि इहदा जेल में चाल चलन बहुत चंगा सी। सारे सोचो साडे देश का सिस्टम जिन्हें 20 रेप करे होण 20 मर्डर करे होण यह साडा सिस्टम ये कह रहा भी उहदा जिहड़ा रवैया वो चंगा हो गया सी जेल च कितनी शर्मनाक गल। इस करके सर मैं खास करके धीआ भाण वालिआं नूं बेनती कर रहा कि उठो
उठो उठो, अगर तुम ये चाहते हो कि साड़िया जिहड़िया बच्चिया बेटिया सुरक्षित रहन महफूज रहन। रोज़ तुसी फिर किन्ने किलोमीटर चल पाने? हर रोज़ का सर मेरा घट्टो घट 25 किलोमीटर होंगे जी, 25 30 पिया हो जाए, पर मैं 25 तो जाने जाना सर। पहला मैं 6 जने मैं कढ़ चुकिया हुण तक जी, तो इस तो बाद मैं जो 11 दिन शहीदी जोड़ मेले चलाया श्री फतेहगढ़ साहब जी, तो इस तो बाद मैं दूजे जोड़े जिले निकलूँगा जी। कि 3 महीने हो गए इदा चलते हो रोज़ 25 किलोमीटर 20 किलोमीटर 30 किलोमीटर, की लगता है कि लोग कर रहे ने समर्थन कि मैं जिते बदलाव की लहर लेके चले आया, किसी ने किसी तरीके चाहे मैसेज दे रहे हैं, लगता है कि बदल रहे हैं? ऐदा मैंने सर 3 महीने हो गए, पर वैसे मैं 4.5 साल तो मीम चला रहा सर। उही गल आ गई ना दोबारे भी, बंदा जगाने वाला चाहिए, लोग जरूर जगते हैं पर जगाने वाला चाहिए जी, गल दिल से लाने वाला चाहिए जी। दर्शक देख रहे होंगे तुहाडे नाल संपर्क करना चाहते हो, तुसीं अपना मोबाइल नंबर जरूर दस दो। मोबाइल नंबर जी 6284 54 03, 6284 54 03। ईमेल आई डी भी हैगी थोड़ी? हाँ जी, मेरी इंस्टाग्राम है जी सेव द गर्ल चाइल्ड 89, फेसबुक हैगी जी काका सुहावी। हाँ जी, बहुत बहुत धन्यवाद तुसीं अपना समा दिता। जिवें कि दर्शकों आप अक्सर जो रोड के उत्ते लंघते हाँ तो आप कुछ चीज़ों नू इदा इनकौलियाँ कर दें कि लै भी कोई गल नहीं चले तुरै जाता, पर कुछ चीज़ें ऐसा होंगे ने जिद उत्ते नज़र हमेशा रुक जाती है, दिलचस्पी आ जाती है मन दे विच कि मैं जानने की कोशिश करा, मैं उन्होंने गलबात करने की कोशिश करा कि यह किहड़े राह ते या ये किहड़ी मुहिम लैके चल रहे ने। साड़ी भी इदा ही नज़र पई सी बाई जी, पुल के उत्ते तुरे आ रहे सी ते आउंदे आउंदे साड़ी नज़र पई ते दिल दे विचों बाल उठिया कि बाई जी नाल गलबात की जाए, तो गलबात जिवें भी की तुहाडे सामने है, की लगता है कि बाई जिहड़ा मैसेज लैके चलिया आ वह किस हद तक सही तरीका आ? जे तुसीं अपना कोई सुझाव देना चाहते हो तो बाई जी का फोन नंबर असीं दस दिता, तुसीं इन्हां नाल संपर्क कर सकते हो। उम्मीद रखांगे तुसीं इस वीडियो नूं वध तों वध शेयर करोगे, इस वीडियो नूं वध तों वध शेयर करो। तद तक लई मैनूं जानी हरविंदर खन्ने नूं दो इजाजत दे दे रहो रहमत टीवी, धन्यवाद।